ਤੁਹਾਡੇ ਸਾਹਮਣੇ ਤਸਵੀਰਾਂ ਵਿੱਚ ਨਜ਼ਰ ਆ ਰਹੀ ਇਹ ਪੀੜਤ ਲੜਕੀ ਹੈ ਜਿਸ ਨੇ ਆਪਣੇ ਪ੍ਰੇਮੀ ਖਿਲਾਫ ਪੁਲਿਸ ਵਿੱਚ ਸ਼ਿਕਾਇਤ ਦਰਜ ਕਰਵਾਈ ਹੈ। ਪੀੜਤ ਲੜਕੀ ਮੁਤਾਬਕ ਉਸਦਾ ਪ੍ਰੇਮੀ ਉਸ ਨੂੰ ਉਸਦੀਆਂ ਤਸਵੀਰਾਂ ਦਿਖਾ ਕੇ ਬਲੈਕਮੇਲ ਕਰਦਾ ਹੈ ਤੇ ਇਸ ਸੰਬੰਧ ਵਿੱਚ ਉਹ ਇਨਸਾਫ ਦੀ ਮੰਗ ਕਰ ਰਹੀ ਹੈ। ਪੀੜਤ ਲੜਕੀ ਮੁਤਾਬਕ ਉਹ ਆਪਣੇ ਪ੍ਰੇਮੀ ਮਨਜੀਤ ਕੁਮਾਰ ਨਾਲ ਕਾਫੀ ਲੰਬੇ ਸਮੇਂ ਤੱਕ ਪ੍ਰੇਮ ਸੰਬੰਧਾਂ ਵਿੱਚ ਰਹੀ ਸੀ ਤੇ ਉਸ ਤੋਂ ਬਾਅਦ ਉਸਦਾ ਵਿਆਹ ਪਰਿਵਾਰ ਨੇ ਕਿਤੇ ਹੋਰ ਕਰ ਦਿੱਤਾ। ਵਿਆਹ ਤੋਂ ਬਾਅਦ ਉਸਦੇ ਪ੍ਰੇਮੀ ਨੇ ਕਿਸੇ ਤੋਂ ਉਸਦਾ ਨੰਬਰ ਲੈ ਕੇ ਉਸ ਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ। ਪੀੜਤ ਲੜਕੀ ਮੁਤਾਬਕ ਉਸਨੇ ਗੱਲ ਕਰਨ ਤੋਂ ਮਨਾ ਕੀਤਾ ਤਾਂ ਮਨਦੀਪ ਇਹ ਕਹਿ ਕੇ ਬਲੈਕਮੇਲ ਕਰਨ ਲੱਗਿਆ ਕਿ ਉਸਦੇ ਕੋਲ ਉਸਦੀਆਂ ਵਿਆਹ ਤੋਂ ਪਹਿਲਾਂ ਦੀਆਂ ਤਸਵੀਰਾਂ ਨੇ, ਜੇਕਰ ਉਸਨੇ ਗੱਲ ਨਾ ਕੀਤੀ ਤਾਂ ਇਹਨਾਂ ਨੂੰ ਵਾਇਰਲ ਕਰ ਦੇਵੇਗਾ। ਪੀੜਤ ਲੜਕੀ ਮੁਤਾਬਕ ਉਸਨੇ ਮਨਜੀਤ ਨੂੰ ਮਿਲਣਾ ਸ਼ੁਰੂ ਕਰ ਦਿੱਤਾ ਤੇ ਉਸਦੀਆਂ ਗੱਲਾਂ ਵਿੱਚ ਆ ਕੇ ਆਪਣੇ ਪਤੀ ਨੂੰ ਵੀ ਤਲਾਕ ਦੇ ਦਿੱਤਾ ਤੇ ਹੁਣ ਮਨਜੀਤ ਨੇ ਲੜਕੀ ਦੇ ਨਾਲ ਵਿਆਹ ਕਰਵਾਉਣ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ ਤੇ ਉਸਦੇ ਪੈਸੇ ਵੀ ਖਾ ਲਏ। ਹਾਂਜੀ, ਮਨਜੀਤ ਕੁਮਾਰ ਜੋ ਕਿ ਵੇਰਕੇ ਦਾ ਰਹਿਣ ਵਾਲਾ ਹੈ, ਜਿਹਦੀ ਕਿ ਮੇਰੇ ਨਾਲ ਮੇਰੀ ਫਰੈਂਡਸ਼ਿਪ ਮੈਰਿਜ ਤੋਂ ਪਹਿਲੇ ਸੀ, ਉਸ ਤੋਂ ਬਾਅਦ ਮੇਰੀ ਮੈਰਿਜ ਹੋ ਗਈ ਅਤੇ ਮੈਰਿਜ ਤੋਂ ਬਾਅਦ ਇਹ 2018 ਵਿੱਚ ਫਿਰ ਇਹਨੇ ਮੇਰੇ ਕਿਸੇ ਰਿਸ਼ਤੇਦਾਰ ਕੋਲ ਨੰਬਰ ਲੈ ਲਿਆ ਤਾਂ ਮੈਨੂੰ ਫੋਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਮੈਂ ਮਤਲਬ ਕਿ ਚਲੋ ਇੱਕ ਦੋ ਵਾਰੀ ਉਹਦੇ ਨਾਲ ਗੱਲ ਕੀਤੀ। ਉਸ ਤੋਂ ਬਾਅਦ ਮੈਨੂੰ ਮਨਾ ਕਰਤਾ ਕਿ ਮੇਰੀ ਮੈਰਿਜ ਲਾਈਫ ਵਧੀਆ ਚੱਲ ਰਹੀ ਹੈ ਤਾਂ ਪਲੀਜ਼ ਮਨਜੀਤ ਤੂੰ ਮੈਨੂੰ ਫੋਨ ਨਾ ਕਰਿਆ ਕਰ। ਤਾਂ ਮੈਨੂੰ ਕਹਿਣ ਲੱਗਾ ਵੀ ਕੋਈ ਨਾ, ਜੇ ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਤਾਂ ਜਿਹੜੀਆਂ ਤੇਰੀਆਂ ਕੁਆਰੀ ਹੁੰਦੀ ਦੀਆਂ ਮੇਰੀਆਂ ਕੁਝ ਫੋਟੋਆਂ ਸੀ ਤਾਂ ਮੈਂ ਤੇਰੇ ਘਰ ਪਹੁੰਚਾ ਦਿੰਦੀਆਂ ਵਾਂ ਅਤੇ ਇਸ ਨੂੰ ਮੈਂ ਰਿਕੁਐਸਟ ਕਰਦੀ ਸੀ ਕਾਫੀ ਵਾਰੀ ਕਿਹਾ ਮਨਜੀਤ ਇਹ ਕੰਮ ਨਾ ਕਰੀ, ਮੇਰਾ ਪਰਿਵਾਰ ਮੈਂ ਵੀ ਮੇਰਾ ਜੋ ਵੀ ਆ ਮੈਂ ਆਪਣਾ ਮੇਰਾ ਟੱਬਰ ਬੱਚੇ ਮੇਰੇ ਤੋਂ ਦੂਰ ਹੋ ਜਾਣਗੇ ਅਤੇ ਫਿਰ ਮੈਨੂੰ ਕਹਿੰਦਾ ਵੀ ਤੂੰ ਮੇਰੇ ਨਾਲ ਬਾਹਰ ਘੁੰਮਣ ਚੱਲ ਜੇ ਕਰ ਘੁੰਮਿਆ। ਉਹਨੇ ਤਾਂ ਕਿਹਾ ਕਿ ਮੈਂ ਤੂੰ ਡਿਵੋਰਸ ਦੇ ਦੇ ਮੈਂ ਤੇਰੇ ਨਾਲ ਵਿਆਹ। ਹਾਂਜੀ ਹਾਂਜੀ, ਇਹ ਇਹਨੇ ਮੈਨੂੰ ਜਦੋਂ ਮੈਂ ਇਹਨੂੰ ਮਨਾ ਕਰਤਾ ਨਾ ਗੱਲ ਕਰਨ ਤੋਂ ਪਹਿਲਾਂ ਦੀ ਗੱਲ, ਜਦੋਂ ਇਹਨੇ ਮੈਨੂੰ ਡਿਵੋਰਸ ਮੈਨੂੰ ਕਹਿੰਦਾ ਵੀ ਤੂੰ ਡਿਵੋਰਸ ਦੇ ਦੇ ਮੈਂ ਵਿਆਹ ਕਰਵਾਉਣਾ ਤੇਰੇ ਨਾਲ, ਅਤੇ ਮੈਂ ਡਰਦੀ ਨੇ ਡਿਵੋਰਸ ਅਪਲਾਈ ਕਰਤਾ ਅਤੇ ਇਹਨੇ ਮੈਨੂੰ ਬਾਹਰ ਲੈ ਗਿਆ ਘੁੰਮਾਉਣ। ਉਸ ਤੋਂ ਬਾਅਦ ਇਹਨੇ ਕੁਝ ਮੇਰੀਆਂ ਤਸਵੀਰਾਂ ਜਿਹੜੀਆਂ ਮੈਰਿਜ ਤੋਂ ਬਾਅਦ ਲੈ ਲਈਆਂ, ਉਹਨਾਂ ਤਸਵੀਰਾਂ ਰਾਹੀਂ ਕੁਝ ਵੀਡੀਓ ਵੀ ਲਈਆਂ, ਵੀਡੀਓ ਬਣਾ ਲਈ ਜੋ ਕਿ ਮੈਂ ਬਲੈਕਮੇਲ ਕਰਦਾ ਰਿਹਾ, ਮੈਂ ਮਤਲਬ ਕਿ ਜੋ ਹੌਲੀ ਹੌਲੀ ਅਮਾਊਂਟ ਕਰਕੇ ਮੇਰੇ ਕੋਲ ਪੈਸਾ ਲੈਂਦਾ ਰਿਹਾ। ਬਲੈਕਮੇਲਿੰਗ ਮੈਨੂੰ ਫੋਟੋਆਂ ਜਿਹੜੀਆਂ ਮੇਰੀਆਂ ਇਹਨੇ ਮੈਰਿਜ ਤੋਂ ਬਾਅਦ ਖਿੱਚੀਆਂ ਦੁਬਾਰਾ, ਉਹਨਾਂ ਰਾਹੀਂ ਮੈਨੂੰ ਬਲੈਕਮੇਲ ਕਰਦਾ ਰਿਹਾ। ਮੰਗ ਇਹਨੇ ਪੈਸਿਆਂ ਦੀ, ਕਦੀ ਇਹਨੇ 50,000, ਕਦੀ ਇਹਨੇ 1,00,000, ਇੱਕ ਜਿਹੜਾ 2.5 ਲੱਖ ਰੁਪਇਆ ਜਿਹੜਾ ਮੈਂ ਕਿਸੇ ਕੋਲ ਇਹਨੂੰ ਲੈ ਕੇ ਹਦਾਰਾ ਦਿੱਤਾ ਸੀ ਉਹ ਇਹਨੇ ਹੱਥ ਧਾਰਾ ਮੰਗਿਆ, ਉਸ ਤੋਂ ਬਾਅਦ ਇਹਨੇ ਮੈਨੂੰ ਉਹ ਵੀ ਵਾਪਸ ਨਹੀਂ ਕੀਤਾ। ਨਹੀਂ, ਮੈਰਿਜ ਨਹੀਂ ਕਰਵਾਈ, ਮੈਰਿਜ ਤੋਂ ਬਾਅਦ ਮੈਰਿਜ ਨਹੀਂ ਕਰਵਾਈ, ਇਹਨੇ ਮੇਰਾ ਤਲਾਕ ਵੀ ਘਰ ਵਾਲੇ ਨਾਲ ਕਰਵਾ ਦਿੱਤਾ ਅਤੇ ਬਾਅਦ 'ਚ ਮੇਰੇ ਨਾਲ ਮਤਲਬ ਫਿਰ ਮੈਂ ਪੁਲਿਸ ਕੰਪਲੇਂਟ ਕੀਤੀ। ਉਸ ਤੋਂ ਬਾਅਦ ਜੋ ਵੀ ਕਾਰਵਾਈ 23 ਅਪ੍ਰੈਲ ਤੋਂ ਚਲੋ ਤੁਸੀਂ ਇਹਨੂੰ ਪੈਸੇ ਦਿੱਤੇ ਤੂੰ ਕੋਈ ਰਜਿਸਟਰੀ ਵੀ ਗਾਣੇ ਪਾਈ? ਹਾਂਜੀ ਹਾਂਜੀ, ਮੈਂ ਰਜਿਸਟਰੀ ਗਾਣੇ ਪਾ ਕੇ ਦਿੱਤੇ। ਹਾਂਜੀ, ਰਜਿਸਟਰੀ ਪਿੰਡ ਫਤਿਹਗੜ੍ਹ ਸ਼ੁਕਰ ਚੱਕ ਦਾ ਗੁਰਵਿੰਦਰ ਸਿੰਘ ਹੈ, ਜਿਹਦੇ ਕੋਲ ਮੈਂ ਰਜਿਸਟਰੀ ਗਹਿਣੇ ਪਾ ਕੇ ਇਹਨੂੰ ਪੈਸੇ ਦਿੱਤੇ। ਕਿੰਨੇ ਪੈਸੇ? 4,70,000, ਜਿਹਦਾ ਕਿ ਮੈਂ ਵਿਆਜ ਵੀ ਮਤਲਬ 2,00,000 ਦੇ ਉੱਪਰ ਤਾਰ ਚੁੱਕੀ ਹਾਂ। ਹਾਂਜੀ, ਤਾਂ ਉਹਨੇ ਵੀ ਤੁਹਾਡਾ ਧਮਕਾਇਆ? ਹਾਂਜੀ ਹਾਂਜੀ, ਉਹਨੇ ਵੀ ਮੈਨੂੰ ਮਤਲਬ ਕਿ ਮੇਰਾ ਇਹੀ ਬਲੈਕਮੇਲ ਉਹਨੇ ਮੈਨੂੰ ਕਰਦਾ ਰਿਹਾ ਕਿ ਮੈਂ ਜਿਹੜੀ ਰਜਿਸਟਰੀ ਮੈਂ ਆਪਣੇ ਘਰ ਤੋਂ ਚੋਰੀ ਰੱਖੀ ਸੀ ਉਹ ਮੈਨੂੰ ਬਲੈਕਮੇਲ ਕਰਦਾ ਰਿਹਾ ਕਿ ਤੂੰ ਮੈਨੂੰ ਪਹਿਲਾਂ ਕਹਿੰਦਾ ਕਿ ਤੂੰ ਵਿਆਜ ਨਹੀਂ ਦੇ ਦਈ, ਮੇਰੇ ਕੋਲ ਵਿਆਜ ਨਹੀਂ ਦਿੱਤਾ ਗਿਆ ਅਤੇ ਮੈਨੂੰ ਕਹਿੰਦਾ ਤੂੰ ਵਿਆਜ ਨਹੀਂ ਦੇ ਸਕਦੀ ਤਾਂ ਮੈਨੂੰ ਮਿਲ ਅਤੇ ਮੇਰਾ ਵਿਆਜ ਉਹਦੇ ਵਿੱਚ ਹੀ ਪੂਰਾ ਹੋ ਜਾਊਗਾ, ਰਿਲੇਸ਼ਨ ਬਣਾਉਣਾ ਚਾਹੁੰਦਾ ਅਤੇ ਮੈਂ ਇਨਕਾਰ ਕੀਤਾ ਉਹਨੂੰ, ਮੈਂ ਕਿਹਾ ਵੀ ਨਹੀਂ। ਫਿਰ ਇਹ ਤਾਂ ਕਹਿੰਦੇ ਸ਼ੁਰੂ ਹੋ ਗਿਆ ਹੌਲੀ ਹੌਲੀ ਮੈਨੂੰ ਵੀਡੀਓ ਰਿਕਾਰਡਿੰਗ ਪਾਉਂਦਾ ਰਿਹਾ। ਹਾਂਜੀ, ਉਸ ਤੋਂ ਬਾਅਦ ਇਹਨੇ ਮਤਲਬ ਕਿ ਫਿਰ ਮੈਨੂੰ ਮੇਰੇ ਘਰ ਦਾ ਹੀ ਫਿਰ ਧਮਕਾਇਆ ਕਿ ਮੈਂ ਜਿਹੜਾ ਤੇਰੀ ਰਜਿਸਟਰੀ ਆ ਉਹ ਆਪਣੇ ਨਾਮ 'ਤੇ ਘਰ ਵੀ ਕਰਵਾ ਲਿਆ ਵਾ
ਮੈਂ ਤੇਰੇ ਘਰ ਨੂੰ ਬੇਘਰ ਕਰ ਦਾਂਗਾ, ਤੇਰੀ ਜਿਹੜੀ ਛੱਤ ਹੈ ਤੇਰੇ ਤੋਂ ਖੋ ਲਾਂਗਾ। ਹਾਂਜੀ ਤੇਰੇ ਘਰ ਵਾਲੇ ਨੂੰ ਦੱਸ। ਹਾਂਜੀ ਹਾਂਜੀ ਕੀ ਕਿਹਾ? ਹਾਂਜੀ ਮੇਰੇ ਘਰ ਵਾਲੇ ਨੂੰ ਵੀ ਇਹੀ ਕਹਿੰਦਾ ਵੀ ਮੈਂ ਤੇਰੇ ਘਰ ਵਾਲੇ ਪਰਿਵਾਰ ਨੂੰ ਸਾਰਿਆਂ ਨੂੰ ਦੱਸ ਦੇਵਾਂਗਾ ਕਿ ਮੇਰੇ ਕੋਲ ਇੰਨੇ ਰਜਿਸਟਰੀ ਦੇ ਨਾਲ। ਫਿਰ ਇਹਨੇ ਮੇਰੇ ਕੋਲ ਚੈੱਕ ਵੀ ਲੈ ਲਏ, ਜਿਹਦੇ 5 ਚੈੱਕ ਲੈ ਲਏ ਸੀ, ਤੇ 5 ਚੈੱਕ 2 ਚੈੱਕ ਇਹਨੇ ਕਿਸੇ ਕੋਲ ਲਵਾਏ, ਤੇ 2 ਚੈੱਕ ਲਵਾਏ, 1-2 ਲੱਖ ਦੇ ਚੈੱਕ ਲਵਾ ਤਾ ਕਿ ਇੱਕ। ਉਸ ਤੋਂ ਬਾਅਦ 5.5 ਲੱਖ ਰੁਪਇਆ ਜਿਹੜਾ ਇਹਨੇ ਆਪ ਚੈੱਕ ਭਰ ਕੇ ਮੇਰੇ ਦੱਸ। ਟੋਟਲ ਅਮਾਊਂਟ 2 ਲੱਖ ਇੱਕ ਹੋਇਆ ਤੇ 5.5 ਲੱਖ ਦਿੰਦਾ। ਤੰਗ ਪਰੇਸ਼ਾਨ ਇਹਨੇ ਮੈਨੂੰ ਬਹੁਤ ਜ਼ਿਆਦਾ ਕੀਤਾ, ਜਿਹਦੇ ਕਾਰਨ ਮੈਂ 2 ਵਾਰੀ ਸੁਸਾਈਡ ਕਰਨ ਦੀ ਕੋਸ਼ਿਸ਼ ਵੀ ਕੀਤੀ। ਹਾਂਜੀ ਦਰਖਾਸਤ ਰਿੰਪੀ ਬਾਬ ਨੇ ਦਿੱਤੀ ਸੀ ਮਾਨਯੋਗ ਸੀ ਪੀ ਸਾਹਿਬ ਦੇ, ਜਿਨ੍ਹਾਂ ਨੇ ਇਹਦੀ ਇਨਕੁਆਇਰੀ SHO ਛਿਆਟਾ ਸਾਹਿਬ ਇੰਸਪੈਕਟਰ ਮੈਡਮ ਰਾਜਵਿੰਦਰ ਕੌਰ ਕੋਲੋਂ ਕਰਵਾਈ ਸੀ, ਜਿਹਦੇ ਵਿੱਚ ਇਹਨੇ ਲੜਕੀ ਨੇ ਦੋਸ਼ ਲਾਏ ਸੀ ਕਿ ਮੇਰੀ ਸ਼ਾਦੀ ਤੋਂ ਪਹਿਲਾਂ ਇੱਥੇ ਕਿਰਾਏ 'ਤੇ ਰਹਿੰਦੀ ਸੀ ਵੇਰਕੇ, ਜਿੱਥੇ ਮੇਰੇ ਗੁਆਂਢ 'ਚ ਰਹਿਣ ਵਾਲੇ ਲੜਕੇ ਮਨਜੀਤ ਕੁਮਾਰ ਨਾਲ ਫਰੈਂਡਸ਼ਿਪ ਹੋ ਗਈ। ਉਸ ਤੋਂ ਬਾਅਦ ਇਸ ਦੀ ਸ਼ਾਦੀ ਹੋ ਗਈ ਲੜਕੀ ਦੀ, ਸ਼ਾਦੀ ਤੋਂ ਬਾਅਦ ਵੀ ਉਹ ਦੁਬਾਰਾ ਇਹਨਾਂ ਦੇ ਰਿਲੇਸ਼ਨ ਫੇਰ ਹੋ ਗਏ। ਜੋ ਇਹ ਪਤਾ ਲੱਗਿਆ ਵੀ ਉਹ ਕਹਿੰਦਾ ਸੀ ਕਿ ਤੂੰ ਆਪਣੇ ਘਰ ਵਾਲੇ ਨੂੰ ਡਿਵੋਰਸ ਤਲਾਕ ਦੇ ਦੇ ਅਤੇ ਮੇਰੇ ਨਾਲ ਰਹਿ। ਪਰ ਉਸ ਤੋਂ ਬਾਅਦ ਮੇਰੇ ਹਲ ਇਹਨਾਂ ਦੇ ਨਾਲ ਰਿਲੇਸ਼ਨ ਵੀ ਰਿਹਾ, ਕੁਛ ਬਲੈਕਮੇਲ ਕਰਦਾ ਰਿਹਾ ਉਹਨੂੰ। ਫਿਰ ਮੇਰੇ ਹਲ ਇਹਨੇ ਸ਼ਾਦੀ ਕਰਾਉਣ ਤੋਂ ਪਤਾ ਲੱਗਿਆ ਵੀ ਉਹਨੇ ਆਪਣੇ ਡਿਵੋਰਸ ਪੇਪਰ ਫਾਈਲ ਕਰਤੇ ਸੀ ਲੜਕੀ ਨੇ, ਪਰ ਉਹ ਲੜਕਾ ਮਨਜੀਤ ਕੁਮਾਰ ਉਹਨੂੰ ਦੁਬਾਰਾ ਵਿਆਹ ਕਰਾਉਣ ਤੋਂ ਇਨਕਾਰ ਕਰ ਗਿਆ। ਫਿਰ ਇਹਨਾਂ ਦੀ ਇਹ ਬਲੈਕਮੇਲ ਕੀਤਾ, ਪਤਾ ਲੱਗਿਆ ਵਿੱਚੋਂ ਕੁਛ ਪੈਸੇ ਵੀ ਖਾਧੇ ਉਹਨੇ। ਬਾਕੀ ਜੋ ਵੀ ਸਾਡੇ ਕੋਲ ਪਰਚਾ ਦਰਜ ਹੋਇਆ ਉਹਦੀ ਅਸੀਂ ਡਿਟੇਲ 'ਚ ਇਨਵੈਸਟੀਗੇਸ਼ਨ ਕਰ ਰਹੇ ਹਾਂ। ਇਹਦੇ ਵਿੱਚ ਇੱਕ ਹੋਰ ਮੁਲਜ਼ਮ ਹੈ ਗੁਰਵਿੰਦਰ ਸਿੰਘ ਫਤਿਹਗੜ੍ਹ ਸ਼ੁਕਰ ਚੱਕ ਦਾ ਜੀ, ਉਹਦੇ ਵਿੱਚ ਕੋਈ ਪਾਰਟ ਆ ਰਿਹਾ, ਉਹਦੇ ਖਿਲਾਫ 354 ਇਹਦਾ ਪਰਚਾ ਦਰਜ ਆ, ਉਹ ਵੀ ਵੈਰੀਫਾਈ ਕਰ ਰਿਹਾ। ਜਿਸ ਤਰ੍ਹਾਂ ਉਹਦੇ 'ਤੇ ਇਹ ਐਲੀਗੇਸ਼ਨ ਇਹ ਆ ਕਿ ਉਹ ਕੋਈ ਇਹਨਾਂ ਦਾ ਆਪਸ ਵਿੱਚ ਹੀ ਕੋਈ ਰਾਜੀਨਾਮੇ ਕਰਵਾਏ ਸੀ ਇਹਨੇ, ਰਾਜੀਨਾਮੇ ਹੋਣ ਦਾ ਕਰਕੇ ਇਹਨਾਂ ਦੇ ਵਿੱਚ ਆਪਸ ਵਿੱਚ ਹੀ ਕੋਈ ਰਿਲੇਸ਼ਨ ਚਾਹੁੰਦਾ ਸੀ ਉਹ ਵੀ ਲੜਕੀ ਦੇ ਐਲੀਗੇਸ਼ਨ ਆ, ਬਾਕੀ ਵੈਰੀਫਾਈ ਕਰ ਰਹੇ ਸੀ। ਮਨਜੀਤ ਕੁਮਾਰ ਦੇ 376 ਰੇਪ ਕੇਸ ਤੇ ਦੂਸਰੇ ਗੁਰਵਿੰਦਰ ਸਿੰਘ ਤੇ 356 ਇੱਕ। ਲੜਕੀ ਨੇ ਇਸ ਮਾਮਲੇ ਵਿੱਚ ਪੁਲਿਸ ਤੇ ਵੀ ਕਾਰਵਾਈ ਨਾ ਕਰਨ ਦੇ ਇਲਜ਼ਾਮ ਲਗਾਏ ਨੇ। ਨਾਲ ਹੀ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਹਨਾਂ ਨੇ ਲੜਕੀ ਦੀ ਸ਼ਿਕਾਇਤ ਤੇ 2 ਆਦਮੀਆਂ ਖਿਲਾਫ ਮਾਮਲਾ ਦਰਜ ਕਰ ਲਿਆ। ਅੰਮ੍ਰਿਤਸਰ ਤੋਂ ਸੁਖਚੈਨ ਸਾਗਰ ਦੀ ਰਿਪੋਰਟ, ਡੇਲੀ ਪੋਸਟ ਪੰਜਾਬੀ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ ਤੇ ਜਾਣਾ ਚਾਹੁੰਦੇ ਹੋ ਔਰ ਆਪਣੇ ਮਨ ਮਰਜ਼ੀ ਦਾ ਕੋਰਸ ਚਾਹੁੰਦੇ ਹੋ ਤੇ ਮਈ ਔਰ ਸਪਤੰਬਰ ਸੈਸ਼ਨ ਵਿੱਚ ਅਪਲਾਈ ਕਰਨ ਦਾ ਇਹ ਸੁਨਹਿਰੀ ਮੌਕਾ ਹੈ ਪਿਰਾਮਿਡ ਈ ਸਰਵਿਸਿਜ਼ ਨਾਲ। ਨਾ ਹੀ ਸਿਰਫ ਤੁਸੀਂ ਹੁਣ ਅਪਲਾਈ ਕਰਕੇ ਆਪਣਾ ਆਫਰ ਅਪਲਾਈ ਕਰ ਪਾਓਗੇ, ਬਲਕਿ